दिल्ली दिया सड़का ते फूके टायर गलों विच पाते दिल्ली दिया सड़का ते फूके टायर गलों विच पाते कत्ती साला पिछों बराते जून 1984 ਦੇ ਵਿੱਚ ਸਿੱਖਾਂ ਦੇ ਨਾਲ ਜੋ ਕੁਝ ਵੀ ਹੋਇਆ ਉਸ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਇਹੋ ਕਾਰਨ ਹੈ ਕਿ ਜੂਨ ਦਾ ਮਹੀਨਾ ਸਿੱਖਾਂ ਦੇ ਲਈ ਬਹੁਤ ਜ਼ਿਆਦਾ ਮਹੱਤਤਾ ਰੱਖਦਾ ਹੈ। ਜੂਨ 1984 ਦੀਆਂ ਇਹਨਾਂ ਹੀ ਘਟਨਾਵਾਂ ਦੇ ਨਾਲ ਸੰਬੰਧ ਰੱਖਦੇ ਬੱਬੂ ਮਾਨ ਅਤੇ ਸਿੱਧੂ ਮੂਸੇਵਾਲੇ ਦੇ ਕੁਝ ਗੀਤ ਬਹੁਤ ਜ਼ਿਆਦਾ ਵਾਇਰਲ ਹੋ ਰਹੇ ਹਨ। ਆਓ ਹੁਣ ਤੁਹਾਡੇ ਨਾਲ ਪਹਿਲਾਂ ਸ਼ੇਅਰ ਕਰਦੇ ਹਾਂ ਬੱਬੂ ਮਾਨ ਵੱਲੋਂ ਇਸ ਮੌਕੇ ਤੇ ਬੋਲੇ ਗਏ ਕੁਝ ਬੋਲ। ਇਤਿਹਾਸ ਨਾਲ ਸੰਬੰਧ ਦੋਲੇ ਨਾਲ ਧਾਰਮਿਕ ਨਜ਼ਰ ਕਰਦਾ ਮਰਨ ਮੂਲ ਨਾ ਡਰਦੇ ਨੀ ਜਿਹੜੇ ਮੌਤ ਦੇ ਵਪਾਰੀ ਨੇ ਇੱਕੋ ਤਾਣ ਕੇ ਖੜਦੇ ਨੀ ਜਿਹੜੇ ਅੱਤ ਦੇ ਸ਼ਿਕਾਰੀ ਨੇ ਮਰਨ ਮੂਲ ਨਾ ਡਰਦੇ ਨੀ ਜਿਹੜੇ ਮੌਤ ਦੇ ਵਪਾਰੀ ਨੇ ਮਰਨ ਮੂਲ ਨਾ ਡਰਦੇ ਜਿਹੜੇ ਮੌਤ ਦੇ ਵਪਾਰੀ ਨੇ ਵਾਹਿਗੁਰੂ ਜੀ ਕਾ ਖਾਲਸਾ। ਬੱਬੂ ਮਾਨ ਤੋਂ ਇਲਾਵਾ ਸਿੱਧੂ ਮੂਸੇਵਾਲੇ ਦਾ ਵੀ ਇਸੇ ਹੀ ਘਟਨਾਵਾਂ ਦੇ ਨਾਲ ਸੰਬੰਧ ਰੱਖਦਾ ਇੱਕ ਗੀਤ ਬਹੁਤ ਜ਼ਿਆਦਾ ਵਾਇਰਲ ਹੋ ਰਿਹਾ ਜਿਸ ਨੂੰ ਨੌਜਵਾਨਾਂ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ। ਆਓ ਹੁਣ ਤੁਹਾਡੀ ਝਲਕ ਮਨਾਉਂਦੇ ਹਾਂ ਸਿੱਧੂ ਮੂਸੇਵਾਲੇ ਦੇ ਵੀ ਇਸ ਗੀਤ 'ਤੇ। ਬਾਕੀ ਤੁਸੀਂ ਇਸ ਮਸਲੇ 'ਤੇ ਆਪਣੇ ਵਿਚਾਰ ਜ਼ਰੂਰ ਸ਼ੇਅਰ ਕਰਨੇ ਹਨ ਅਤੇ ਜੇਕਰ ਤੁਸੀਂ ਵੀ ਇਹਨਾਂ ਘਟਨਾਵਾਂ ਦੇ ਨਾਲ ਹਮਦਰਦੀ ਰੱਖਦੇ ਹੋ ਤਾਂ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਸ਼ੇਅਰ ਕਰਨੇ। ਉਹ ਪਾਣੇ ਰੱਬ ਦੇ ਸੀ ਮੰਨੇ ਸਰਕਾਰਾਂ ਹੱਥ ਬੰਨੇ ਨਾ ਸਮਝੋ ਵੀ ਚੁੱਪ ਸਾਡੇ ਪੱਲਿਆ ਹੋ ਜਦੋਂ ਫੁੱਟਿਆ ਗੁਬਾਰ ਦੇਖੀ ਹੱਦ ਹੁੰਦੀ ਪਾਰ ਫਿਰ ਮੌਤ ਬਣ ਦੇਖੀ ਕਿਵੇਂ ਵਰਦੇ ਉਹ ਸਿੰਘੋ ਚੱਕੋ ਹਥਿਆਰ ਰੂਪ ਨਲੂਏ ਦਾ ਤਾਰ ਅੱਤਵਾਦੀ ਸਰਕਾਰਾਂ ਤੋਂ ਨੀ ਡਰਦੇ ਉਹ ਸਿੰਘੋ ਚੱਕੋ ਹਥਿਆਰ ਰੂਪ ਨਲੂਏ ਦਾ ਤਾਰ ਅੱਤਵਾਦੀ ਸਰਕਾਰਾਂ ਤੋਂ ਨੀ ਡਰਦੇ ਕੁਝ ਟਾਈਮ ਪਹਿਲਾਂ ਸਿੰਘਾ ਕੀਤਾ ਸੀਗਾ ਵੈਰੀ ਵਾਲਾ ਹਾਲ ਮੇਰੇ ਕੋਲੋਂ ਉਹ ਪੁੱਛਣਾ ਆ ਜਿਹੜੇ ਸਮਝਦੇ ਨੀ ਬਾਮੇ ਹੁਣਾਂ ਕੋਲੋਂ ਇਹਨਾਂ ਦੇ ਮਿੰਟਾਂ ਚ ਪਵਾਤੀਆਂ ਤੇ ਸੁੱਥਣਾ